ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਦੇ ਅਧੀਨ ਪੈਂਦੇ ਪਿੰਡ ਛਛਲਵੱਠੀ ਵਿੱਚ ਸਥਿਤ ਇਤਿਹਾਸਿਕ ਧਾਰਮਿਕ ਸਾਹਿਬ ਦੀ ਗੋਲਕ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਵਿੱਚ ਕਈ ਤਿੰਨ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਹੀ ਨਹੀਂ, ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ ਦੇ ਅੰਦਰ ਲੱਗੇ CCTV ਦੇ ਕੈਮਰੇ ਵਿੱਚ ਕੈਦ ਹੈ। ਮਾਮਲਾ ਇਹ, ਵਾਹਿਗੁਰੂ, ਇੱਥੇ ਗੋਲਕ ਭੱਜ ਗਈ ਆ ਅਤੇ ਸੱਚਖੰਡ ਦੇ ਪਿੱਛੇ ਖਿੜਕੀ ਆ, ਉਹ ਚੋਰ ਜਿਹੜੇ ਆਏ ਆ ਖਿੜਕੀ ਤੋੜ ਕੇ ਆਏ ਆ ਅਤੇ ਮਹਾਰਾਜ ਦੇ ਉੱਤੇ ਉਹਨਾਂ ਦਾ ਪੈਰ ਵੀ ਆਇਆ। ਇੱਕ ਜਾਣੇ ਨੇ ਮੁੜ ਕੇ ਦੂਜੇ ਨੇ ਆ ਕੇ ਬੂਹਾ ਖੋਲਿਆ, ਪਹਿਲਾ ਜਿਹੜਾ ਉਹਨੇ ਬੂਹਾ ਖੋਲ ਕੇ ਦੂਜੇ ਲੰਘਾਏ ਆ। ਤਿੰਨ ਬੰਦੇ ਦਾਖਲ ਹੋਏ ਦਰਬਾਰ ਦੇ ਵਿੱਚ, ਉਹਨਾਂ ਨੇ ਗੋਲਕ ਭੰਨੀ ਆ, ਸਵਾ ਘੰਟਾ ਉਹਨਾਂ ਨੇ ਪੂਰਾ ਲਾਇਆ। ਗੋਲਕ 'ਚ ਮਾਇਆ 20,000 ਦੇ ਅੰਦਾਜ਼ੇ ਦੇ ਨਾਲ 20,000 ਰੁਪਈਆ ਸੀ। ਗੇਟ ਖੋਲ੍ਹ ਕੇ ਅੰਦਰ ਦੇਖਿਆ ਤਾਂ ਗੋਲਕ ਟੁੱਟੀ ਪਈ ਸੀ, ਉਹਨੂੰ ਬਾਲੇ ਲੱਕੜ ਦੇ ਨਾਲ ਉਹਨਾਂ ਨੇ ਬੈਂਡ ਕਰਕੇ ਵਿੱਚੋਂ ਕੁਝ ਪੈਸੇ ਨਕਦੀ ਅਤੇ ਭਾਨ ਕੱਢਿਆ ਸੀ। ਉਸ ਤੋਂ ਬਾਅਦ ਉਹਨਾਂ ਅੱਗੇ ਜਾ ਕੇ ਸੁੱਖ ਆਸਣ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਬਣਿਆ ਸੀ, ਜਿੱਥੇ 6 ਸਰੂਪ ਮਹਾਰਾਜ ਦੇ ਬਿਰਾਜਮਾਨ ਸਨ, ਉਹਨੂੰ ਦੇਖਿਆ ਤਾਂ ਉਹਦੇ ਉੱਪਰ ਇੱਕ ਖਿੜਕੀ ਲੱਗੀ ਸੀ, ਉਹ ਵੀ ਬਾਹਰਲੀ ਸਾਈਡ ਦੇ ਉੱਤੋਂ ਤੋੜ ਕੇ ਜਾਲੀ ਅੰਦਰੋਂ ਕੁੰਡੀ ਖੋਲ੍ਹ ਕੇ ਅਤੇ ਅੰਦਰ ਪ੍ਰਵੇਸ਼ ਹੋਏ ਆ। ਤਿੰਨ ਆਦਮੀ CCTV ਫੁਟੇਜ ਦੇ ਵਿੱਚ ਅੰਦਰ ਕੈਮਰੇ ਲੱਗੇ ਸੀ, ਪੰਜਾਬ ਸਰਕਾਰ ਦੀਆਂ ਅਤੇ ਗੁਰਦੁਆਰਾ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਉਹਨਾਂ ਦੇ ਵਿੱਚ ਉਹਨਾਂ ਦਾ CCTV ਕੈਮਰੇ ਫੁਟੇਜ ਆਈ ਆ, ਪਰ ਉਹਨਾਂ ਨੇ ਮੂੰਹ ਬੱਧੇ ਹੋਏ ਸੀ। ਅਜੇ ਉਹ ਬੰਦੇ ਸਾਹਮਣੇ ਨਹੀਂ, ਤਫਤੀਸ਼ ਹੋ ਰਹੀ ਉਹਦੇ ਵਿੱਚ, ਪਰ ਮਾਮਲਾ ਇਹ ਆ ਵੀ ਅਸੀਂ ਉਸ ਤਰ੍ਹਾਂ ਦੇ ਸ਼ੱਕੀ ਪੁਰਸ਼ ਸਾਹਮਣੇ ਕਰ ਕਰਕੇ ਤਫਤੀਸ਼ ਕਰ ਰਹੇ ਹਾਂ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ, ਚਮਕ ਦੀ ਰਿਪੋਰਟ, ਚੈਨਲ 2।